ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਗੁਰਜੀਤ ਸਿੰਘ ਸਮਾਈਲਸ ਡੋਟ ਕੇਅਰ ਦੀ ਟੀਮ ਵੱਲੋਂ, ਅਤੇ ਅੱਜ ਅਸੀਂ ਸ਼ੂ ਗਿਵਿੰਗ ਦਾ ਕੈਂਪੇਨ ਕਰਨ ਪਿੰਡ ਮੁੰਡੀਆਂ ਕਲਾਂ ਜੋ ਕਿ ਜ਼ਿਲ੍ਹਾ ਲੁਧਿਆਣਾ ਵਿਖੇ ਹੈ, ਉੱਥੇ ਅਸੀਂ ਪਹੁੰਚੇ ਹਾਂ ਅਤੇ ਲਗਭਗ ਅਸੀਂ ਇੱਥੇ 150 ਕਿਡਜ਼ ਨੂੰ ਸ਼ੂਜ਼ ਪ੍ਰੋਵਾਈਡ ਕਰ ਰਹੇ ਹਾਂ। ਇਸ ਕੈਂਪੇਨ ਨੂੰ ਮਿਸਟਰ ਐਮ ਪੀ ਸਿੰਘ ਅਤੇ ਉਹਨਾਂ ਦੇ ਜੋ ਦੋਸਤ ਮਿੱਤਰ ਨੇ ਉਹਨਾਂ ਨੇ ਸਪੋਂਸਰ ਕੀਤਾ ਹੈ, ਜੋ ਜੇ ਸੀ ਆਈ ਲੁਧਿਆਣਾ ਦੇ ਨਾਮ ਨਾਲ ਤੁਸੀਂ ਇਹਨਾਂ ਨੂੰ, ਜੋ ਲੁਧਿਆਣਾ ਨਿਵਾਸੀ ਨੇ ਉਹ ਕਾਫੀ ਇਹਨਾਂ ਨੂੰ ਜਾਣ ਸਕਦੇ ਨੇ ਈਜ਼ੀਲੀ। ਅਤੇ ਇਸ ਸਕੂਲ ਵਿੱਚ ਵੀ, ਇਹ ਵੀ ਇੱਕ ਗੌਰਮੈਂਟ ਸਕੂਲ ਹੈ ਕਿ ਇਸ ਸਕੂਲ ਦਾ ਸਰਵੇ ਮਿਸਟਰ ਉਪਜੀਤ ਸਿੰਘ ਜੀ ਨੇ ਕੀਤਾ ਸੀ, ਜੋ ਸਾਡੇ ਸਮਾਈਲਸ ਡੋਟ ਕੇਅਰ ਦੇ ਕਾਫੀ ਐਕਟਿਵ ਵਾਲੰਟੀਅਰ ਨੇ। ਅਤੇ ਮੈਂ ਤੁਹਾਨੂੰ ਕੁਛ ਕੰਡੀਸ਼ਨ ਦਿਖਾਉਣਾ ਚਾਹੁੰਦਾ ਬੱਚਿਆਂ ਦੀ, ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਡੈਡ ਸ਼ੂ ਆ, ਵਾਕਈ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ। ਸੋ ਮੈਂ ਇਸ ਫੇਸਬੁੱਕ ਲਾਈਵ ਦੇ ਥਰੂ ਥੋੜ੍ਹੀ ਕੰਡੀਸ਼ਨ ਦਿਖਾਉਂਦਾ ਵਾਂ। ਸੋ ਇੰਨੀ ਕੀ ਮਾੜੀ ਹਾਲਤ ਹੈ ਇਸ ਸਕੂਲ ਦੀ, ਜੋ ਕਿ ਤੁਹਾਨੂੰ ਮੈਂ ਫੇਸਬੁੱਕ ਲਾਈਵ ਦੇ ਥਰੂ ਦਿਖਾਈ ਹੈ। ਲਗਭਗ 150 ਕਿਡਸ ਨੇ ਇਹੋ ਜਿਹੇ, ਅਤੇ ਤੁਸੀਂ ਸਾਡੀ ਵੈਬਸਾਈਟ ਚੈੱਕ ਕਰ ਸਕਦੇ ਹੋ www.smiles.care, ਜਿਹਦੇ ਥਰੂ ਤੁਸੀਂ ਆਪਣੇ ਆਪ ਨੂੰ ਐਜ਼ ਏ ਵਾਲੰਟੀਅਰ ਰਜਿਸਟਰ ਕਰ ਸਕਦੇ ਹੋ, ਐਂਡ ਐਜ਼ ਏ ਡੋਨਰ ਵੀ ਤੁਸੀਂ ਉੱਥੇ ਰਜਿਸਟਰ ਕਰ ਸਕਦੇ ਹੋ। ਤੁਸੀਂ ਟੋਲ ਫਰੀ ਨੰਬਰ 1-800-121-2009 'ਤੇ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਐਰੀ ਹੈ, ਤੁਸੀਂ ਇਸ 'ਤੇ ਫਰੀ ਆਫ ਕੋਸਟ ਕਾਲ ਕਰਕੇ ਪਤਾ ਕਰ ਸਕਦੇ ਹੋ। ਐਂਡ ਅਨਦਰ ਅਲਟਰਨੇਟਿਵ ਨੰਬਰ ਜੋ ਹੈ 998-887-1366 'ਤੇ ਕਾਲ ਕਰਕੇ ਤੁਸੀਂ ਸਾਡੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਲੈ ਸਕਦੇ ਹੋ। ਸੋ ਅਸੀਂ ਮੂਵ ਔਨ ਕਰਦੇ ਹਾਂ ਕੈਂਪੇਨ ਵੱਲ, ਜੋ ਕਿ ਸਟਾਰਟ ਹੋ ਚੁੱਕਿਆ ਹੈ ਆਲਰੇਡੀ। ਸਰ ਫੋਟੋ ਕਲਿੱਕ ਕਰੀ ਥੋੜ੍ਹੀ ਜੀ, ਆਈ ਆਓ ਬੇਟਾ, ਇੱਧਰ ਬੈਠ 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 ਇੱਧਰ ਵੀਡੀਓ ਕਰ ਦੇ। Thank you.
ਪਾਕੇ ਆਣੇ ਰੋਜ਼ ਠੀਕ ਹੈ ਸਰ ਐਮ ਪੀ ਸਰ ਅੱਜ ਸਾਡੇ ਨਾਲ ਨੇ ਜੋ ਇਸ ਕੈਂਪੇਨ ਨੂੰ ਸਪੋਂਸਰ ਕਰ ਰਹੇ ਨੇ ਉਹ ਅਤੇ ਉਹਨਾਂ ਦੇ ਫਰੈਂਡਸ ਤੁਸੀਂ ਜੇ ਸੀ ਆਈ ਲੁਧਿਆਣਾ ਸਿਟੀ ਨਾਮ ਦੇ ਨਾਲ ਕਾਫੀ ਫੇਮਸ ਨੇ ਤੁਸੀਂ ਇਹਨਾਂ ਨੂੰ ਜਾਣ ਸਕਦੇ ਹੋ ਥੋੜ੍ਹੀਆਂ ਜਿਹੀਆਂ ਗੱਲਾਂ ਕਰਦੇ ਹਾਂ ਆਪਾਂ ਸਭ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਭਾਜੀ ਸਰ ਤੁਹਾਨੂੰ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋ ਕੇ ਤੁਸੀਂ ਅੱਜ ਕੈਂਪੇਨ ਪੂਰਾ ਸਪੋਂਸਰ ਕਰ ਰਹੇ ਹੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਭਾਜੀ ਇੱਕਦਮ ਵਰਡਿੰਗ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਪੜ੍ਹੀ ਸੀ ਪਿੱਪਲ ਦੇ ਪੱਤੇ ਆਵੇ ਜਿੰਦ ਹੋ ਕੇ ਭਰਦੀ ਆ ਮੰਦਰ ਗੁਰਦੁਆਰੇ ਸੋਨੇ ਦੇ ਅਤੇ ਦੁਨੀਆ ਭੁੱਖੀ ਮਰਦੀ ਆ ਮਤਲਬ ਉਹ ਪੜ੍ਹ ਕੇ ਅਤੇ ਬੱਚਿਆਂ ਦੇ ਸ਼ਾਇਦ ਉਪਜੀਤ ਸਿੰਘ ਭਾਅ ਜੀ ਨੇ ਫੋਟੋ ਪਾਈ ਸੀ ਬੱਚਿਆਂ ਦੇ ਸ਼ੂਜ਼ ਨਾ ਫਟੇ ਹੋਏ ਸੀ ਕਿਸੇ ਲੜਕੀ ਦੇ ਛੋਟੀ ਜਿਹੀ ਪ੍ਰਾਇਮਰੀ ਸਕੂਲ ਦੀ ਬੱਚੀ ਦੇ ਕੇ ਮੇਰੇ ਮਨ ਨੂੰ ਬੜਾ ਲੱਗਿਆ ਮੈਂ ਕਿਹਾ ਯਾਰ ਇਹਦੇ ਵਿੱਚ ਆਉਣਾ ਚਾਹੀਦਾ ਆਪਾਂ ਐਵੇਂ ਹੋਰ ਮੰਦਰ ਗੁਰਦੁਆਰਿਆਂ ਵਾਲੇ ਪਾਸੇ ਪਤਾ ਨਹੀਂ ਕੀ ਲਾਈ ਜਾਂਦੇ ਹਾਂ ਅਤੇ ਆਪਣੀ ਸੰਗਤ ਜਿਹੜੀ ਹੈ ਉਹ ਵਿਚਾਰੇ ਬੱਚੇ ਇੱਥੇ ਆ ਕੇ ਦੇਖਿਆ ਮਨ 'ਚੋਂ ਮਤਲਬ ਪਰ ਮੈਂ ਦੱਸ ਨਹੀਂ ਸਕਦਾ ਵੀ ਵਰਡ ਵੀ ਬੱਚਿਆਂ ਦੇ ਇੰਨੀ ਠੰਡ 'ਚ ਆਪਾਂ ਆਪਣੇ ਬੱਚਿਆਂ ਨੂੰ ਬਿਨਾਂ ਰਜਾਈਆਂ ਮਤਲਬ ਰਜਾਈਆਂ ਕੰਬਲਾਂ ਦੇ ਵਿੱਚ ਰੱਖਦੇ ਹਾਂ ਛੱਤ 'ਤੇ ਰੱਖਦੇ ਹਾਂ ਫਿਰ ਵੀ ਆਪਾਂ ਕਹਿੰਦੇ ਵੀ ਜੁਰਾਬਾਂ ਪਾਓ ਸ਼ੂਜ਼ ਪਾਓ ਅਤੇ ਬੱਚੇ ਵਿਚਾਰੇ ਨੰਗੇ ਪੈਰੀ ਫਿਰਦੇ ਸੀ ਅੱਜ ਬੜੀ ਖੁਸ਼ੀ ਹੋ ਰਹੀ ਹੈ ਸਾਨੂੰ ਸਾਡੀ ਟੀਮ ਨੂੰ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਅਤੇ ਸਾਰੇ ਬੱਚਿਆਂ ਨੂੰ ਗਰਮ ਜੁਰਾਬਾਂ ਚੋਕਲੇਟਸ ਦੇ ਨਾਲ ਵਧੀਆ ਐਕਸ਼ਨ ਦੇ ਬ੍ਰਾਂਡਡ ਸ਼ੂਜ਼ ਦਿੱਤੇ ਗਏ ਆ ਬਹੁਤ ਅੱਛਾ ਲੱਗ ਰਿਹਾ ਸੋ ਬਹੁਤ ਬਹੁਤ ਸ਼ੁਕਰੀਆ ਸਰ ਸਾਡੀ ਜੋ ਮੁਹਿੰਮ ਹੈ 10,000 ਸ਼ੂ ਟੂ ਗਿਵ ਉਹਦੇ ਬਾਰੇ ਤੁਸੀਂ ਕੁਛ ਸ਼ਬਦ ਆਪਣੇ ਸਾਂਝੇ ਕਰੋ ਭਾਅ ਜੀ ਇਹ ਬਹੁਤ ਮਨਦੀਪ ਕੌਰ ਜੀ ਸਿੱਧੂ ਕਾਂਗੜਾ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਮੇਰੀ ਤਾਂ ਇਹ ਦਿਲੋਂ ਖੁਆਇਸ਼ ਹੈ ਜੀ 10,000 ਸ਼ੂਜ਼ ਤਾਂ ਬਹੁਤ ਘੱਟ ਹੈ ਜੇ ਪਰਮਾਤਮਾ ਨੇ ਚਾਹੇ ਤਾਂ ਆਪਾਂ 1,00,000 ਸ਼ੂਜ਼ ਦਾ ਟਾਰਗੇਟ ਪੂਰਾ ਕਰਾਂ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਥੈਂਕ ਯੂ ਜੀ ਸੋ ਲੈਟਸ ਮੂਵ ਫੋਰਵਰਡ ਕਿਉਂਕਿ ਕੈਂਪੇਨ ਸਟਿਲ ਅਜੇ ਔਨਗੋਇੰਗ ਹੈ ਅੱਗੇ ਬਿਕੋਜ਼ ਅਸੀਂ 150 ਕਿਡਸ ਨੂੰ ਇੱਥੇ ਸ਼ੂਜ਼ ਪ੍ਰੋਵਾਈਡ ਕਰ ਰਹੇ ਹਾਂ ਸ਼ਿਵਾ ਰੂਪਾ ਕਹਾਣੀ ਰੋਟੀ ਦੇ
सारे बच्चे बुला लिए फोटो खींच बहुत बहुत थैंक यू साडे इस लाइव फेसबुक लाइव मुहिम विच सारे फेसबुक व्यूअर्स का जुड़न लई। सो एक नवे कैंपेन विच एक नवी डेट विच तुहानू फिर दोबारा मिलांगे। तद तक इजाजत दिओ, सत श्री अकाल।